ਪਹੁੰਚਿਆ ਜਿੱਥੇ ਆਰਤੀ ਐਸੋਸੀਏਸ਼ਨ ਵੱਲੋਂ ਜਿਹੜੀ ਨਵੀਂ ਟੀਮ ਹੈ ਜਿਹੜੀ ਉਹ ਬਣਾਈ ਗਈ ਆ ਔਰ ਉਹਨਾਂ ਨੂੰ ਮੁਬਾਰਕਬਾਦ ਦੇਣ ਵਾਸਤੇ ਔਰ ਉਹਨਾਂ ਨਾਲ ਵਿਚਾਰ ਵਟਾਂਦਰਾ ਸਾਂਝਾ ਕਰਨ ਵਾਸਤੇ ਔਰ ਜਿਹੜਾ ਝੋਨੇ ਦਾ ਸੀਜ਼ਨ ਜਿਹੜਾ ਆ ਰਿਹਾ ਉਹਦੇ ਸੰਬੰਧਿਤ ਜਿਹੜੀ ਗੱਲਬਾਤ ਕਰਨ ਵਾਸਤੇ ਅੱਜ ਉਰੇ ਇਕੱਠੇ ਹੋਇਆ ਔਰ ਉਮੀਦ ਹੈ ਕਿ ਜਿਵੇਂ ਪਿੱਛੇ ਬੜੀ ਸਮੂਥ ਤਰੀਕੇ ਨਾਲ ਜਿਹੜਾ ਝੋਨੇ ਦਾ ਸੀਜ਼ਨ ਲੱਗਿਆ ਜਾਂ ਕਣਕ ਦਾ ਲੱਗਿਆ ਉਸੇ ਤਰੀਕੇ ਨਾਲ ਸਮੂਥ ਹੈ ਜਿਹੜਾ ਝੋਨੇ ਦਾ ਸੀਜ਼ਨ ਹੈ ਜਿਹੜਾ ਉਹ ਵੀ ਲੱਗੂਗਾ। ਸੋ ਮੇਰੇ ਵੱਲੋਂ ਸਾਰੀ ਆੜਤੀ ਐਸੋਸੀਏਸ਼ਨ ਨੂੰ ਨਵੀਂ ਬਣੀ ਟੀਮ ਨੂੰ ਮੁਬਾਰਕਬਾਦ ਹੈ ਔਰ ਇਹਦੇ ਵਿੱਚ ਸਾਰੇ ਜਿਹੜੇ ਵੱਖ ਵੱਖ ਏਜੰਸੀਆਂ ਦੇ ਜਿਹੜੇ ਇੰਸਪੈਕਟਰ ਵਗੈਰਾ ਆਏ ਸੀ ਉਹ ਵੀ ਆਏ ਸੀ, ਮੰਡੀ ਬੋਰਡ ਦੇ ਅਧਿਕਾਰੀ ਵੀ ਆਏ ਸੀ। ਸੋ ਸਾਰਿਆਂ ਨੂੰ ਕਿਹਾ ਕਿ ਇੱਕ ਦੂਜੇ ਨਾਲ ਰਲ ਮਿਲ ਕੇ ਆਪਾਂ ਜਿਹੜਾ ਇਹ ਹੈਗਾ ਜੀਰੀ ਦਾ ਸੀਜ਼ਨ ਹੈ ਉਹਨੂੰ ਇਹੋ ਜਿਹੇ ਤਰੀਕੇ ਨਾਲ ਲਾਈਏ ਕਿ ਕਿਸੇ ਨੂੰ ਕੋਈ ਖੱਜਲ ਖੁਆਰੀ ਦਾ ਸਾਹਮਣਾ ਨਾ ਕਰਨਾ ਪਵੇ ਔਰ ਉਹਦੇ ਨਾਲ ਹੀ ਮੈਂ ਆਪ ਜੀ ਦੇ ਮਾਧਿਅਮ ਰਾਹੀਂ ਸਾਡੇ ਕਿਸਾਨ ਵੀਰਾਂ ਨੂੰ ਬੇਨਤੀ ਕਰੂੰਗਾ ਕਿ ਪੰਜ ਚਾਰ ਦਿਨ ਪਿੱਛੇ ਫਸਲ ਹੈ ਜਿਹੜੀ ਉਹਨੂੰ ਕੱਚੀ ਨਾ ਆਪਾਂ ਵਢਾਈਏ, ਉਹਨੂੰ ਕੋਸ਼ਿਸ਼ ਕਰੀਏ ਕਿ ਪੱਕਾ ਝੋਨਾ ਹੀ ਵੱਢ ਕੇ ਲੈ ਕੇ ਆਈਏ ਤਾਂ ਕਿ ਸਾਨੂੰ ਕਿਸੇ ਕਿਸਮ ਦੀ ਕੋਈ ਖੱਜਲ ਖੁਆਰੀ ਦਾ ਜਿਹੜਾ ਸਾਹਮਣਾ ਨਾ ਕਰਨਾ ਪਵੇ। ਹਰ ਸਾਲ ਜਦੋਂ ਮੰਡੀ ਦਾ ਸੀਜ਼ਨ ਹੁੰਦਾ ਹੈ ਕਈ ਨਾ ਕਈ ਵਾਰ ਲਿਫਟਿੰਗ ਦਾ ਹੋਰ ਕਾਫੀ ਸਮੱਸਿਆ ਹੁੰਦੀਆਂ ਨੇ, ਉਹਨਾਂ 'ਤੇ ਥੋੜ੍ਹੀ ਜਿਹੀ ਦੌਰ ਦੀ ਨਹੀਂ? ਦੇਖੋ ਝੋਨੇ ਦੇ ਸੀਜ਼ਨ ਦੇ ਵਿੱਚ ਕੋਈ ਲਿਫਟਿੰਗ ਦੀ ਕੋਈ ਜ਼ਿਆਦਾ ਪ੍ਰੋਬਲਮ ਨਹੀਂ ਆਉਂਦੀ, ਉਹ ਥੋੜ੍ਹਾ ਕਣਕ ਦੇ ਸੀਜ਼ਨ ਦੇ ਵਿੱਚ ਥੋੜ੍ਹੀ ਜਿਹੀ ਪ੍ਰੋਬਲਮ ਆਉਂਦੀ ਕਿਉਂਕਿ ਜਿਹੜੇ ਬਹੁਤ ਸਾਰੇ ਟਰੱਕ ਨੇ ਜਿਹੜੇ ਡੀਜ਼ਲ ਮਹਿੰਗਾ ਹੋਣ ਕਰਕੇ ਉਹਨਾਂ ਨੇ ਸੇਲ ਕਰਤੇ ਕਿਉਂਕਿ ਉਨੀ ਬੱਚਤ ਨਹੀਂ ਹੈ, ਸੋ ਇਸ ਕਰਕੇ ਟਰੱਕ ਘਟਣ ਕਰਕੇ ਜਿਹੜੀ ਲਿਫਟਿੰਗ 'ਚ ਜਿਹੜੀ ਪ੍ਰੋਬਲਮ ਆਉਂਦੀ ਹੈ, ਅਦਰਵਾਈਜ਼ ਇੱਦਾਂ ਦਾ ਕੋਈ ਗੱਲਬਾਤ ਨਹੀਂ। ਜਿਹੜੀ ਮੰਡੀ ਔਰ ਸ਼ਹਿਰ ਦੀ ਕਿਸਾਨਾਂ ਨੂੰ ਸੁੱਕਾ ਝੋਨਾ ਲਿਆਉਣ ਵਾਸਤੇ ਮੁਨਾਦੀ ਕਰਾਈ ਜਾ ਰਹੀ ਹੈ, ਉਹ ਮੰਡੀ ਬੋਰਡ ਵੱਲੋਂ ਕਰਾਈ ਜਾ ਰਹੀ ਹੈ? ਹਾਂ, ਜਿਹੜਾ ਮੁਨਾਦੀ ਆ ਪਿੰਡਾਂ 'ਚ, ਮੈਂ ਆੜਤੀ ਵੀਰਾਂ ਨੂੰ ਵੀ ਬੇਨਤੀ ਕੀਤੀ ਹੈ ਕਿ ਜਿਹੜੇ ਕਿਸਾਨ ਨੇ ਉਹ ਵੀ ਆਪਣੀਆਂ ਦੁਕਾਨਾਂ 'ਤੇ ਲੱਗੇ ਹੋਏ ਨੇ, ਉਹਨਾਂ ਨੂੰ ਬੇਨਤੀ ਕਰੋ ਕਿ ਕੱਚਾ ਝੋਨਾ ਨਾ ਵਢਾਓ ਔਰ ਮੰਡੀ ਬੋਰਡ ਵੱਲੋਂ ਵੀ ਜਿਹੜਾ ਹੈਗਾ ਪਿੰਡਾਂ ਦੇ ਵਿੱਚ ਜਿਹੜੇ ਸੁੱਕਾ ਝੋਨਾ ਲੈ ਕੇ ਆਉਣ ਦੀ ਅਪੀਲ ਹੈ ਜਿਹੜੀ ਪਿੰਡੋ ਪਿੰਡੀ ਜਿਹੜੀ ਮੁਨਾਦੀ ਆ ਉਹ ਕਰਵਾਈ ਜਾ ਰਹੀ ਹੈ। ਅਸੀਂ ਵੀ ਆਪਣੇ ਤੌਰ 'ਤੇ ਲੱਗੇ ਹੋਏ ਹਾਂ ਲੋਕਾਂ ਨੂੰ ਉਹ ਜਿਹੜਾ ਹੈਗਾ ਜਾਗਰੂਕ ਕਰਨ ਵਾਸਤੇ ਕਿਸਾਨਾਂ ਨੂੰ ਕਿ ਵੱਧ ਤੋਂ ਵੱਧ ਜਿਹੜਾ ਪਕਾ ਕੇ ਹੀ ਝੋਨਾ ਮੰਡੀਆਂ ਦੇ ਵਿੱਚ ਲੈ ਕੇ ਆਇਆ। ਫਸਲ ਦਾ ਨੁਕਸਾਨ ਹੋਣ ਦਾ ਡਰ ਰਹਿੰਦਾ? ਦੇਖੋ ਹੁਣ ਝੋਨੇ ਦਾ ਸੀਜ਼ਨ ਆ ਗਿਆ, ਹੁਣ ਕੁਛ ਹੋਣਾ ਨਹੀਂ, ਇਸ ਤੋਂ ਬਾਅਦ 'ਚ ਜਮੇ ਹੀ ਸੀਜ਼ਨ ਲੰਘਦਾ ਉਸ ਤੋਂ ਬਾਅਦ 'ਚ ਜਿਹੜਾ ਹੈਗਾ ਕੋਸ਼ਿਸ਼ ਕਰਾਂਗੇ ਉਹ ਬਾਉਂਡਰੀ ਵਾਲ ਹੈ ਜਿਹੜੀ ਉਹ ਕਰਵਾਈ ਜਾ ਪਹੁੰਚਿਆ ਜਿੱਥੇ ਆੜਤੀ ਐਸੋਸੀਏਸ਼ਨ ਵੱਲੋਂ ਜਿਹੜੀ ਨਵੀਂ ਟੀਮ ਹੈ ਜਿਹੜੀ ਉਹ ਬਣਾਈ ਗਈ ਆ ਔਰ ਉਹਨਾਂ ਨੂੰ ਮੁਬਾਰਕਬਾਦ ਦੇਣ ਵਾਸਤੇ ਔਰ ਉਹਨਾਂ ਨਾਲ ਵਿਚਾਰ ਵਟਾਂਦਰਾ ਸਾਂਝਾ ਕਰਨ ਵਾਸਤੇ ਔਰ ਜਿਹੜਾ ਝੋਨੇ ਦਾ ਸੀਜ਼ਨ ਜਿਹੜਾ ਆ ਰਿਹਾ ਉਹਦੇ ਸੰਬੰਧਿਤ ਜਿਹੜੀ ਗੱਲਬਾਤ ਕਰਨ ਵਾਸਤੇ ਅੱਜ ਉਰੇ ਇਕੱਠੇ ਹੋਇਆ ਔਰ ਉਮੀਦ ਹੈ ਕਿ ਜਿਵੇਂ ਪਿੱਛੇ ਬੜੀ ਸਮੂਥ ਤਰੀਕੇ ਨਾਲ ਜਿਹੜਾ ਝੋਨੇ ਦਾ ਸੀਜ਼ਨ ਲੱਗਿਆ ਜਾਂ ਕਣਕ ਦਾ ਲੱਗਿਆ ਉਸੇ ਤਰੀਕੇ ਨਾਲ ਸਮੂਥ ਹੈ ਜਿਹੜਾ ਝੋਨੇ ਦਾ ਸੀਜ਼ਨ ਹੈ ਜਿਹੜਾ ਉਹ ਵੀ ਲੱਗੂਗਾ। ਸੋ ਮੇਰੇ ਵੱਲੋਂ ਸਾਰੀ ਆੜਤੀ ਐਸੋਸੀਏਸ਼ਨ ਨੂੰ ਨਵੀਂ ਬਣੀ ਟੀਮ ਨੂੰ ਮੁਬਾਰਕਬਾਦ ਹੈ ਔਰ ਇਹਦੇ ਵਿੱਚ ਸਾਰੇ ਜਿਹੜੇ ਵੱਖ ਵੱਖ ਏਜੰਸੀਆਂ ਦੇ ਜਿਹੜੇ ਇੰਸਪੈਕਟਰ ਵਗੈਰਾ ਆਏ ਸੀ ਉਹ ਵੀ ਆਏ ਸੀ, ਮੰਡੀ ਬੋਰਡ ਦੇ ਅਧਿਕਾਰੀ ਵੀ ਆਏ ਸੀ। ਸੋ ਸਾਰਿਆਂ ਨੂੰ ਕਿਹਾ ਕਿ ਇੱਕ ਦੂਜੇ ਨਾਲ ਰਲ ਮਿਲ ਕੇ ਆਪਾਂ ਜਿਹੜਾ ਇਹ ਹੈਗਾ ਜੀਰੀ ਦਾ ਸੀਜ਼ਨ ਹੈ ਉਹਨੂੰ ਇਹੋ ਜਿਹੇ ਤਰੀਕੇ ਨਾਲ ਲਾਈਏ ਕਿ ਕਿਸੇ ਨੂੰ ਕੋਈ ਖੱਜਲ ਖੁਆਰੀ ਦਾ ਸਾਹਮਣਾ ਨਾ ਕਰਨਾ ਪਵੇ ਔਰ ਉਹਦੇ ਨਾਲ ਹੀ ਮੈਂ ਆਪ ਜੀ ਦੇ ਮਾਧਿਅਮ ਰਾਹੀਂ ਸਾਡੇ ਕਿਸਾਨ ਵੀਰਾਂ ਨੂੰ ਬੇਨਤੀ ਕਰੂੰਗਾ ਕਿ ਪੰਜ ਚਾਰ ਦਿਨ ਪਿੱਛੇ ਫਸਲ ਹੈ ਜਿਹੜੀ ਉਹਨੂੰ ਕੱਚੀ ਨਾ ਆਪਾਂ ਵਢਾਈਏ, ਉਹਨੂੰ ਕੋਸ਼ਿਸ਼ ਕਰੀਏ ਕਿ ਪੱਕਾ ਝੋਨਾ ਹੀ ਵੱਢ ਕੇ ਲੈ ਕੇ ਆਈਏ ਤਾਂ ਕਿ ਸਾਨੂੰ ਕਿਸੇ ਕਿਸਮ ਦੀ ਕੋਈ ਖੱਜਲ ਖੁਆਰੀ ਦਾ ਜਿਹੜਾ ਸਾਹਮਣਾ ਨਾ ਕਰਨਾ ਪਵੇ। ਹਰ ਸਾਲ ਜਦੋਂ ਮੰਡੀ ਦਾ ਸੀਜ਼ਨ ਹੁੰਦਾ ਹੈ ਕਈ ਨਾ ਕਈ ਵਾਰ ਲਿਫਟਿੰਗ ਦਾ ਹੋਰ ਕਾਫੀ ਸਮੱਸਿਆ ਹੁੰਦੀਆਂ ਨੇ, ਉਹਨਾਂ 'ਤੇ ਥੋੜ੍ਹੀ ਜਿਹੀ ਦੌਰ ਦੀ? ਨਹੀਂ, ਦੇਖੋ ਝੋਨੇ ਦੇ ਸੀਜ਼ਨ ਦੇ ਵਿੱਚ ਕੋਈ ਲਿਫਟਿੰਗ ਦੀ ਕੋਈ ਜ਼ਿਆਦਾ ਪ੍ਰੋਬਲਮ ਨਹੀਂ ਆਉਂਦੀ, ਉਹ ਥੋੜ੍ਹਾ ਕਣਕ ਦੇ ਸੀਜ਼ਨ ਦੇ ਵਿੱਚ ਥੋੜ੍ਹੀ ਜਿਹੀ ਪ੍ਰੋਬਲਮ ਆਉਂਦੀ ਹੈ ਕਿਉਂਕਿ ਜਿਹੜੇ ਬਹੁਤ ਸਾਰੇ ਟਰੱਕ ਨੇ ਜਿਹੜੇ ਡੀਜ਼ਲ ਮਹਿੰਗਾ ਹੋਣ ਕਰਕੇ ਉਹਨਾਂ ਨੇ ਸੇਲ ਕਰਤੇ ਕਿਉਂਕਿ ਉਨੀ ਬੱਚਤ ਨਹੀਂ ਹੈ, ਸੋ ਇਸ ਕਰਕੇ ਟਰੱਕ ਘਟਣ ਕਰਕੇ ਜਿਹੜੀ ਲਿਫਟਿੰਗ 'ਚ ਜਿਹੜੀ ਪ੍ਰੋਬਲਮ ਆਉਂਦੀ ਹੈ, ਅਦਰਵਾਈਜ਼ ਇੱਦਾਂ ਦਾ ਕੋਈ ਗੱਲਬਾਤ ਨਹੀਂ। ਜਿਹੜੀ ਮੰਡੀ ਔਰ ਸ਼ਹਿਰ ਦੀ ਕਿਸਾਨਾਂ ਨੂੰ ਸੁੱਕਾ ਝੋਨਾ ਲਿਆਉਣ ਵਾਸਤੇ ਮੁਨਾਦੀ ਕਰਾਈ ਜਾ ਰਹੀ ਹੈ,
ਉਹ ਮੰਡੀ ਬੋਰਡ ਵੱਲੋਂ ਕਰਾਈ ਜਾ ਰਹੀ ਹੈ? ਹਾਂ, ਜਿਹੜਾ ਜਿਹੜਾ ਮੁਨਿਆਦੀ ਆ ਪਿੰਡਾਂ 'ਚ, ਮੈਂ ਆੜ੍ਹਤੀ ਵੀਰਾਂ ਨੂੰ ਵੀ ਬੇਨਤੀ ਕੀਤੀ ਹੈ ਕਿ ਜਿਹੜੇ ਕਿਸਾਨ ਨੇ ਉਹ ਵੀ ਆਪਣੀਆਂ ਦੁਕਾਨਾਂ 'ਤੇ ਲੱਗੇ ਹੋਏ ਨੇ, ਉਹਨਾਂ ਨੂੰ ਬੇਨਤੀ ਕਰੋ ਕਿ ਕੱਚਾ ਝੋਨਾ ਨਾ ਵਢਾਓ, ਔਰ ਮੰਡੀ ਬੋਰਡ ਵੱਲੋਂ ਵੀ ਜਿਹੜਾ ਹੈਗਾ ਪਿੰਡਾਂ ਦੇ ਵਿੱਚ ਜਿਹੜੇ ਸੁੱਕਾ ਝੋਨਾ ਲੈ ਕੇ ਆਉਣ ਦੀ ਅਪੀਲ ਹੈ, ਜਿਹੜੀ ਪਿੰਡੋ ਪਿੰਡੀ ਜਿਹੜੀ ਮੁਨਿਆਦੀ ਆ ਉਹ ਕਰਵਾਈ ਜਾ ਰਹੀ ਹੈ। ਅਸੀਂ ਵੀ ਆਪਣੇ ਤੌਰ 'ਤੇ ਲੱਗੇ ਹੋਏ ਹਾਂ ਲੋਕਾਂ ਨੂੰ ਜਿਹੜਾ ਹੈਗਾ ਜਾਗਰੂਕ ਕਰਨ ਵਾਸਤੇ, ਕਿਸਾਨਾਂ ਨੂੰ ਕਿ ਵੱਧ ਤੋਂ ਵੱਧ ਜਿਹੜਾ ਪਕਾ ਕੇ ਹੀ ਝੋਨਾ ਮੰਡੀਆਂ ਦੇ ਵਿੱਚ ਲੈ ਕੇ ਆਇਆ। ਮੰਡੀ ਜਿਹੜੇ ਮਾਮਲੇ ਵਾਲੇ ਪਾਸੇ ਜੀ ਬਾਉਂਡਰੀ ਹੈ ਉਹ ਟੁੱਟੀ ਗਈ, ਕਿਸਾਨ ਔਰ ਵਪਾਰੀ ਕਹਿ ਰਹੇ ਵੀ ਸਾਡਾ ਫਸਲ ਦਾ ਨੁਕਸਾਨ ਹੋਣ ਦਾ ਡਰ ਰਹਿੰਦਾ। ਦੇਖੋ ਹੁਣ ਝੋਨੇ ਦਾ ਸੀਜ਼ਨ ਆ ਗਿਆ, ਹੁਣ ਕੁਛ ਹੋਣਾ ਨਹੀਂ, ਇਸ ਤੋਂ ਬਾਅਦ 'ਚ ਜਮ੍ਹਾਂ ਹੀ ਸੀਜ਼ਨ ਲੰਘਦਾ, ਉਸ ਤੋਂ ਬਾਅਦ 'ਚ ਜਿਹੜਾ ਹੈਗਾ ਕੋਸ਼ਿਸ਼ ਕਰਾਂਗੇ ਉਹ ਬਾਉਂਡਰੀ ਵਾਲਾ ਜਿਹੜੀ ਉਹ ਕਰਵਾਈ ਜਾਵੇ।